ਲਓ ਜੀ, ਸ਼ੁੱਧ ਸ਼ਾਕਾਹਾਰੀ ਪਖੰਡੀਆਂ ਦੀ ਸ਼ਾਕਾਹਾਰੀ ਪਾਰਟੀ ਚੱਲਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸਕਰੀਨ ਦੇ ਉੱਤੇ ਦੇਖ ਹੀ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਹ ਕਾਲੇ ਕੱਪੜਿਆਂ ਵਾਲੇ ਉਹ ਬਾਬੇ ਜਿਹੜੇ ਕਿ ਰਾਤ ਨੂੰ ਅਜਿਹੀਆਂ ਸ਼ਾਕਾਹਾਰੀ ਪਾਰਟੀਆਂ ਕਰਦੇ ਨੇ ਤੇ ਦਿਨ ਦੇ ਵਿੱਚ ਚੰਗਾ ਨਹਾ ਧੋ ਕੇ ਗਲ ਦੇ ਵਿੱਚ ਮਾਲਾ ਪਾ ਕੇ ਤੇ ਉਸ ਤੋਂ ਬਾਅਦ ਲੋਕਾਂ ਕੋਲ ਜਾ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਜਾਂ ਫਿਰ ਆਪਣੇ ਡੇਰਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਮਸਲੇ ਹੱਲ ਕਰਦੇ ਨੇ ਤੇ ਫਿਰ ਤੁਹਾਡੇ ਚੜਾਏ ਹੋਏ ਪੈਸਿਆਂ ਦੀ ਇਹ ਲੁਤਫ ਪਾਰਟੀ ਕਰਦੇ ਨਜ਼ਰ ਆ ਰਹੇ ਨੇ, ਨਜ਼ਾਰੇਦਾਰ ਪਾਰਟੀ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹਨਾਂ ਦੇ ਗਲ ਦੇ ਵਿੱਚ ਮਾਲਾ ਪਾਈ, ਉਹਨੇ ਕੁਝ ਕੁ ਪਖੰਡੀਆਂ ਦੇ ਵੱਲੋਂ ਆਪਣੀਆਂ ਮਾਲਾ ਉਤਾਰ ਕੇ ਸਾਈਡ ਤੇ ਰੱਖ ਦਿੱਤੀਆਂ ਅਤੇ ਕੁਝ ਨੇ ਪਾਈਆਂ ਹੋਈਆਂ ਨੇ ਤੇ ਫਿਰ ਚੰਗਾ ਇਹਨਾਂ ਦਾ ਚਿਕਨ ਤੇ ਨਾਲ ਇਹਨਾਂ ਦੇ ਵੱਲੋਂ ਬੋਤਲਾਂ ਖੋਲੀਆਂ ਹੋਈਆਂ ਨੇ। ਤਾਂ ਦੇਖੋ ਕਿਸ ਤਰੀਕੇ ਦੇ ਨਾਲ ਸ਼ਾਕਾਹਾਰੀ ਬਾਬਿਆਂ ਦੀ ਸ਼ਾਕਾਹਾਰੀ ਪਾਰਟੀ ਚੱਲ ਰਹੀ ਹੈ। ਤਾਂ ਕਿਉਂ ਨਹੀਂ ਸਮਝਦੇ ਤੁਸੀਂ ਅਜਿਹੇ ਲੋਕਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਤੁਹਾਨੂੰ ਦਿਨ ਦੇ ਵਿੱਚ ਬਾਬੇ ਦਿਖਦੇ ਨੇ, ਜ਼ਰਾ ਇਹਨਾਂ ਦੀ ਰਾਤ ਦੀਆਂ ਪਾਰਟੀਆਂ 'ਤੇ ਨਜ਼ਰ ਮਾਰਿਆ ਕਰੋ, ਫਿਰ ਪਤਾ ਲੱਗਦਾ ਕਿ ਇਹ ਬਾਬੇ ਨੇ ਜਾਂ ਫਿਰ ਕੁਛ ਹੋਰ ਹੀ ਨੇ। ਜੀ ਹਾਂ, ਅਸੀਂ ਅਕਸਰ ਹੀ ਦੇਖਦੇ ਹਾਂ ਕਿ ਡੇਰੇ ਜਿਹੜੇ ਕਿ ਬਹੁਤ ਖੋਲ੍ਹੇ ਹੋਏ ਨੇ, ਪਖੰਡਬਾਜ਼ ਜਿਹੜਾ ਕਿ ਲਗਾਤਾਰ ਵੱਧਦਾ ਜਾ ਰਿਹਾ, ਪਰ ਉਸ ਵਕਤ ਤਾਂ ਇਹ ਇੰਝ ਦਿਖਾਉਂਦੇ ਨੇ ਕਿ ਅਸੀਂ ਤਾਂ ਬਹੁਤ ਪਾਠ ਪੂਜਾ ਕਰਦੇ ਹਾਂ, ਅਸੀਂ ਤਾਂ ਰੱਬ ਦੇ ਨੇੜੇ ਲੱਗੇ ਹੋਏ ਹਾਂ, ਤਾਂ ਦੇਵੀ ਦੇਵਤਿਆਂ ਨੂੰ ਇਸ ਕਦਰ ਪੂਜਦੇ ਹਾਂ ਕਿ ਰਾਤ ਨੂੰ ਵੀ ਅਸੀਂ ਜਿਹੜੇ ਕਿ ਪਾਠ ਪੂਜਾ ਕਰਕੇ ਦੇਵੀਆਂ ਦੀਆਂ ਜਿਹੜੀਆਂ ਕਿ ਸ਼ਕਤੀਆਂ ਹਾਸਲ ਕੀਤੀਆਂ ਹੋਈਆਂ ਨੇ, ਜਿੰਨੇ ਵੀ ਦੇਵੀ ਦੇਵਤੇ ਨੇ ਉਹਨਾਂ ਦੀਆਂ ਸ਼ਕਤੀਆਂ ਅਸੀਂ ਪਾਠ ਪੂਜਾ ਕਰਕੇ ਹਾਸਲ ਕੀਤੀਆਂ ਹੋਈਆਂ ਨੇ। ਸਾਨੂੰ ਬਹੁਤ ਗਿਆਨ ਆ, ਬਹੁਤ ਨੌਲੇਜ ਆ ਸਾਨੂੰ, ਜਿਹਦੇ ਚੱਲਦੇ ਅਸੀਂ ਤਾਂ ਹੀ ਲੋਕਾਂ ਦੇ ਮਸਲੇ ਹੱਲ ਕਰ ਦਿੰਦੇ ਹਾਂ ਅਤੇ ਲੋਕਾਂ ਨੂੰ ਠੀਕ ਕਰ ਦਿੰਦੇ ਹਾਂ, ਲੋਕਾਂ ਦੇ ਦੁੱਖਾਂ ਨੂੰ ਅਸੀਂ ਸਮਝ ਜਾਂਦੇ ਹਾਂ। ਅਸੀਂ ਅੱਖਾਂ ਬੰਦ ਕੀਤੀਆਂ ਤਾਂ ਸਾਨੂੰ ਜਿਹੜਾ ਸਾਹਮਣੇ ਬੈਠਾ ਦੁੱਖ ਦੱਸ ਰਿਹਾ ਉਹਦੇ ਬਿਨ ਦੱਸੇ ਹੀ ਅਸੀਂ ਉਸਦਾ ਸਾਰਾ ਕੁਝ ਪੜ੍ਹ ਲੈਂਦੇ ਹਾਂ ਕਿ ਇਹ ਬੰਦਾ ਕਿਹੜੀ ਤਕਲੀਫ ਦੇ ਵਿੱਚ ਹੈ। ਅਜਿਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਨੇ, ਫਿਰ ਜਦੋਂ ਸਾਰਾ ਮਾਲ ਮੂਲ ਸ਼ਾਮ ਨੂੰ ਇਕੱਠਾ ਹੋ ਜਾਂਦਾ ਤਾਂ ਪੈਸੇ ਭਰ ਕੇ ਝੋਲਣ ਦੇ ਵਿੱਚ, ਫਿਰ ਰਾਤ ਨੂੰ ਅਜਿਹੀਆਂ ਸ਼ਾਕਾਹਾਰੀ ਪਾਰਟੀਆਂ ਚੱਲਦੀਆਂ ਨੇ। ਤਾਂ ਫਿਰ ਕੀ ਇਹ ਸਭ ਕੁਝ ਸਹੀ ਹੈ? ਤੁਸੀਂ ਆਪ ਸਕਰੀਨ ਤੇ ਦੇਖ ਰਹੇ ਹੋ, ਕੋਈ ਅਸੀਂ ਆਪਣੇ ਕੋਲੋਂ ਬਣਾਈ ਹੋਈ ਵੀਡੀਓ ਜਾਂ ਕੁਝ ਅਜਿਹਾ ਨਹੀਂ, ਅਸੀਂ ਕਿਸੇ ਵੀ ਖਿਲਾਫ ਨਹੀਂ ਬੋਲਦੇ। ਜੋ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਸਾਹਮਣੇ ਆ ਰਹੀ ਆ, ਜਿਹੜੇ ਇਹ ਉਹ ਲੋਕ ਨੇ ਜਿਹੜੇ ਇਹਨਾਂ ਲੋਕਾਂ ਦੀ ਵੀਡੀਓ ਵਾਇਰਲ ਕਰ ਰਹੇ ਨੇ, ਜਿਹੜੇ ਚਾਹੁੰਦੇ ਨੇ ਕਿ ਇਹ ਪਖੰਡਬਾਜ਼ ਜਿਹੜਾ ਕਿ ਵਧਾਇਆ ਜਾ ਰਿਹਾ ਲੋਕਾਂ ਸਾਹਮਣੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ, ਤਾਂ ਅਜਿਹੀਆਂ ਚੀਜ਼ਾਂ ਜਨਤਕ ਹੋਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਖਰ ਜਿਹੜੇ ਪਖੰਡੀਆਂ ਕੋਲ ਤੁਸੀਂ ਜਾਂਦੇ ਹੋ ਆਖਰ ਉਹਨਾਂ ਦਾ ਅਸਲ ਚਿਹਰਾ ਹੈ ਕੀ ਆ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ਰਾਬਾਂ ਮਿਟ ਚੱਲਦੀਆਂ, ਤਾਂ ਕਿੱਥੋਂ ਤੱਕ ਇਹ ਚੀਜ਼ ਸਹੀ ਹੈ। ਬਿਊਰੋ ਰਿਪੋਰਟ, ਛਣਕਾਟਾ ਨਿਊਜ਼।